ਬੇਟਾ ਜਿਹੜੀ ਆ ਚਾਰਜ ਫਰੇਮ ਹੋਣ 'ਤੇ ਬਹਿਸ ਹੋਈ ਹੈ ਇਹਦੇ 'ਚ 21 ਮੁਲਜ਼ਮਾਂ ਦੇ ਵਕੀਲ ਪੇਸ਼ ਹੋ ਗਏ 2 ਦੇ ਬਾਕੀ ਰਹਿ ਗਏ ਉਹਨਾਂ ਨੂੰ ਜੱਜ ਸਾਹਿਬ ਨੇ ਡੇਟ ਆ ਜਿਹੜੀ 12 ਦੇ ਦਿੱਤੀ 12 ਨੂੰ 12 ਡੇਟ ਦਿੱਤੀ ਹੈ ਅਤੇ ਬਸ 12 ਨੂੰ ਵੀ ਹੋ ਸਕਦੇ ਜਾਂ ਹੋ ਸਕਦਾ ਇੱਕ ਅੱਧੀ ਡੇਟ ਜੱਜ ਸਾਹਿਬ ਹੋਰ ਅੱਗੇ ਦੇ ਦੇਣ ਤਾਂ ਚਾਰਜ ਫਰੇਮ ਹੋ ਕੇ ਕੁਛ ਨਾ ਕੁਛ ਕੇਸ ਅੱਗੇ ਚੱਲਦਾ ਲੱਗਦਾ ਪਿਛਲੇ ਵਾਰ ਵੀ ਇਹੀ ਉਮੀਦ ਸੀ ਅੱਜ ਫਿਰ ਅਗਲੀ ਤਰੀਕ 'ਤੇ ਫਿਰ ਜਿਹੜੇ ਦੋਸ਼ੀ ਨੇ ਉਹ ਕੋਈ ਨਾ ਕੋਈ ਕਾਰਨ ਲੱਭ ਲੈਂਦੇ ਨੇ ਇਸ ਵਾਰ ਹੈ ਨਾ ਜਿਸ ਤਰ੍ਹਾਂ 21 ਤਾਂ ਅੱਜ ਪੇਸ਼ ਹੋ ਕੇ ਉਹਨੇ ਜਿਹੜੀ ਹੈ ਬਹਿਸ ਕਰ ਲਈ ਹੈ ਪਰੰਤੂ 2 ਫੇਰ ਕਹਿ ਗਏ ਸਾਡੇ ਕੋਲ ਫਲਾਨਾ ਰਿਕਾਰਡ ਨਹੀਂ ਹੈਗਾ ਉਹ ਦਿਓ ਫਲਾਨਾ ਮੁਹੱਈਆ ਕਰਾਓ ਤਾਂ ਹੁਣ ਆਪਾਂ ਕੇਸ ਨੂੰ ਤੇਜ਼ ਕਰਨ ਵਾਲੇ ਆਪਾਂ ਹੀ ਹਾਂ ਇਕੱਲੇ ਅਤੇ ਬਾਕੀ ਜਿਹੜੇ 25-30 ਜਣੇ ਨੇ ਉਹ ਕੇਸ ਨੂੰ ਖਿੱਚਣ ਵਾਲੇ ਨੇ ਲੱਤਾਂ ਖਿੱਚਣ ਵਾਲੇ ਨੇ ਪਿੱਛੇ ਵੀ ਜੇ ਹੋਰ ਅੱਗੇ ਹੋ ਜਾਵੇ ਹੋਰ ਹੋ ਜਾਵੇ ਤਾਂ ਉਹ ਕੁਦਰਤੀ ਗੱਲ ਹੈ ਵੈਸੇ ਅਦਾਲਤ ਦਾ ਰੁੱਖ ਹੈ ਜਿਹੜਾ ਵਧੀਆ ਹੈ ਉਹਨਾਂ ਨੇ ਬਹੁਤੀ ਕੋਈ ਜ਼ਿਆਦਾ ਸਹਿਮਤੀ ਨਹੀਂ ਜਿਤਾਈ ਇਸ ਗੱਲ ਨਾਲ ਅਤੇ ਚਾਹੁੰਦੇ ਆ ਵੀ ਜਲਦੀ ਚਾਰਜ ਲਾਰੈਂਸ ਦਾ ਬਈ ਕੋਈ ਅਸਰ ਪਊਗਾ ਕਿਉਂਕਿ ਉਹ ਤਾਂ ਪਾਬੰਦੀ ਲਈ ਹੋਈ ਹੈ 1 ਸਾਲ ਦਾ ਲਾਰੈਂਸ 'ਤੇ ਤਾਂ ਹਾਲੇ ਮੇਰਾ ਖਿਆਲ ਹੈ ਕਿਉਂਕਿ ਜਿੰਨਾ ਚਿਰ ਉੱਥੇ ਜਾ ਕੇ 268 ਦੇ ਅੰਡਰ ਕਰਤਾ ਜਾ ਕੇ ਕੋਈ ਬਹੁਤਾ ਅਸਰ ਤਾਂ ਕੋਈ ਲੱਗਦਾ ਨਹੀਂ ਹੈਗਾ ਪਰੰਤੂ ਮੈਂ ਜੇ ਆਪਣੀ ਲੋਕਲ ਅਦਾਲਤ ਦੀ ਗੱਲ ਦੇਖਾਂ ਤਾਂ ਅਦਾਲਤ ਦੀ ਪ੍ਰਕਿਰਿਆ ਸਹੀ ਚੱਲਦੀ ਹੈ ਅੰਕਲ ਇੱਕ ਲਾਰੈਂਸ ਦਾ ਜਿਹੜਾ ਇੰਟਰਵਿਊ ਨੂੰ ਲੈ ਕੇ ਜੱਜਮੈਂਟ ਹੋਈ ਆ ਫੈਸਲਾ ਜਿਹੜਾ ਅਗਲੀ ਸੁਣਵਾਈ ਜਿਹੜੀ ਹੈ 14 ਤਰੀਕ ਦੀ ਰੱਖੀ ਗਈ ਹੈ ਸਮਾਂ ਦਿੱਤਾ ਵੀ ਜਾਂਚ ਹੋ ਰਹੀ ਹੈ ਜਿਹੜੀ ਦੇਖੋ ਤਾਂ ਤੁਸੀਂ ਸਰਕਾਰ ਦਾ ਪਿਛਲੇ 7 ਮਹੀਨਿਆਂ ਤੋਂ ਜਿਹੜਾ ਰਵੱਈਆ ਤੁਸੀਂ ਵੇਖ ਰਹੇ ਹੋ ਅਤੇ ਗੌਰਮੈਂਟ ਵਾਰ ਵਾਰ ਐਗਜੈਕਟਲੀ ਨਾ ਮੈਂ ਜੋ ਜਵਾਬ ਦਾਵਾ ਦਿੱਤਾ ਉਹ ਨਹੀਂ ਹਾਲੇ ਤੱਕ ਪੜ੍ਹਿਆ ਪਰੰਤੂ ਜੋ ਮੈਨੂੰ ਬਾਹਰੋਂ ਸੁਣਨ 'ਚ ਥੋੜ੍ਹਾ ਬਹੁਤਾ ਪਤਾ ਲੱਗਿਆ ਵੀ ਉਹੀ ਗੱਲਾਂ ਨੂੰ ਗੌਰਮੈਂਟ ਰਿਪੀਟ ਕਰ ਰਹੀ ਹੈ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਵੈਸੇ ਜੱਜ ਸਾਹਿਬ ਨੇ ਬਹੁਤ ਇਸ ਗੱਲ ਤੋਂ ਫਟਕਾਰ ਵੀ ਲਗਾਈ ਇਹਨਾਂ ਨੂੰ ਵੀ ਤੁਸੀਂ ਜੇ 7 ਮਹੀਨਿਆਂ ਦੇ ਵਿੱਚ ਨਹੀਂ ਉਸ ਚੀਜ਼ 'ਤੇ ਜਵਾਬ ਦੇ ਸਕੇ ਤਾਂ ਹੁਣ 2 ਮਹੀਨਿਆਂ ਦੇ ਵਿੱਚ ਕੀ ਦੇ ਰਹੇ ਹੋ ਤੁਸੀਂ ਜਿੰਨਾ ਕੁ ਤੁਸੀਂ ਐਫੀਡੈਵਿਟ ਦਿੱਤਾ ਤਾਂ ਜੱਜ ਸਾਹਿਬ ਨੇ ਇਹ ਵੀ ਕਿਹਾ ਇਹਨਾਂ ਨੂੰ ਸਾਨੂੰ ਪਤਾ ਵੀ ਤੁਸੀਂ ਇਹ ਤੋਂ ਅੱਗੇ ਨਹੀਂ ਵਧੋਗੇ ਸਰਕਾਰ ਦੀ ਮਨਸ਼ਾ ਤਾਂ ਅਦਾਲਤ ਮਾਨ ਜੋ ਕੋਰਟ ਨੂੰ ਦਿਖ ਰਹੀ ਹੈ ਸਾਰੀ ਗੱਲ ਵੀ ਇਹਨਾਂ ਇਹ ਕੇਵਲ ਅਤੇ ਕੇਵਲ ਟਾਈਮ ਪਾਸ ਕਰਨ ਦੀਆਂ ਗੱਲਾਂ ਕਰ ਰਹੇ ਨੇ ਇੱਕ ਤਰ੍ਹਾਂ ਦੇ ਨਾਲ ਗੈਂਗਸਟਰਾਂ ਦੀ ਖੁੱਲ੍ਹੇਆਮ ਮਦਦ ਹੈਗੀ ਕਿਉਂਕਿ ਸਟੇਟ ਨੂੰ ਉਹਨਾਂ ਦਾ ਪੀੜਤ ਵਿਅਕਤੀ ਦੇ ਨਾਲ ਚਾਹੀਦਾ ਸੀ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਸਟੇਟ ਹੈ ਉਹ ਗੈਂਗਸਟਰਾਂ ਦੇ ਹੱਕ 'ਚ ਭੁਗਤ ਰਹੀ ਹੈ ਸੀ ਬੇਟਾ ਜਿਹੜੀ ਚਾਰਜ ਫਰੇਮ ਹੋਣ 'ਤੇ ਬਹਿਸ ਹੋਈ ਹੈ ਇਹਦੇ 'ਚ 21 ਮੁਲਜ਼ਮਾਂ ਦੇ ਵਕੀਲ ਪੇਸ਼ ਹੋ ਗਏ 2 ਦੇ ਬਾਕੀ ਰਹਿ ਗਏ ਉਹਨਾਂ ਨੂੰ ਜੱਜ ਸਾਹਿਬ ਨੇ ਡੇਟ ਆ ਜਿਹੜੀ 12 ਦੇ ਦਿੱਤੀ 12 ਨੂੰ 12 ਡੇਟ ਦਿੱਤੀ ਹੈ ਅਤੇ ਬਸ 12 ਨੂੰ ਵੀ ਹੋ ਸਕਦੇ ਜਾਂ ਹੋ ਸਕਦਾ ਇੱਕ ਅੱਧੀ ਡੇਟ ਜੱਜ ਸਾਹਿਬ ਹੋਰ ਅੱਗੇ ਦੇ ਦੇਣ ਤਾਂ ਚਾਰਜ ਫਰੇਮ ਹੋ ਕੇ ਕੁਛ ਨਾ ਕੁਛ ਕੇਸ ਅੱਗੇ ਚੱਲਦਾ ਲੱਗਦਾ ਪਿਛਲੇ ਵਾਰ ਵੀ ਇਹੀ ਉਮੀਦ ਸੀ ਅੱਜ ਫਿਰ ਅਗਲੀ ਤਰੀਕ 'ਤੇ ਫਿਰ ਜਿਹੜੇ ਦੋਸ਼ੀ ਨੇ ਉਹ ਕੋਈ ਨਾ ਕੋਈ ਕਾਰਨ ਲੱਭ ਲੈਂਦੇ ਨੇ ਇਸ ਵਾਰ ਹੈ ਨਾ ਜਿਸ ਤਰ੍ਹਾਂ 21 ਤਾਂ ਅੱਜ ਪੇਸ਼ ਹੋ ਕੇ ਉਹਨੇ ਜਿਹੜੀ ਹੈ ਬਹਿਸ ਕਰ ਲਈ ਹੈ ਪਰੰਤੂ 2 ਫੇਰ ਕਹਿ ਗਏ ਸਾਡੇ ਕੋਲ ਫਲਾਨਾ ਰਿਕਾਰਡ ਨਹੀਂ ਹੈਗਾ ਉਹ ਦਿਓ ਫਲਾਨਾ ਮੁਹੱਈਆ ਕਰਾਓ ਤਾਂ ਹੁਣ ਆਪਾਂ ਕੇਸ ਨੂੰ ਤੇਜ਼ ਕਰਨ ਵਾਲੇ ਆਪਾਂ ਹੀ ਹਾਂ ਇਕੱਲੇ ਅਤੇ ਬਾਕੀ ਜਿਹੜੇ 25-30 ਜਣੇ ਨੇ ਉਹ ਕੇਸ ਨੂੰ ਖਿੱਚਣ ਵਾਲੇ ਨੇ ਲੱਤਾਂ ਖਿੱਚਣ ਵਾਲੇ ਨੇ ਪਿੱਛੇ ਵੀ ਜੇ ਹੋਰ ਅੱਗੇ ਹੋ ਜਾਵੇ ਹੋਰ ਹੋ ਜਾਵੇ ਤਾਂ ਉਹ ਕੁਦਰਤੀ ਗੱਲ ਹੈ ਵੈਸੇ ਅਦਾਲਤ ਦਾ ਰੁੱਖ ਹੈ ਜਿਹੜਾ ਵਧੀਆ ਹੈ ਉਹਨਾਂ ਨੇ ਬਹੁਤੀ ਕੋਈ ਜ਼ਿਆਦਾ ਸਹਿਮਤੀ ਨਹੀਂ ਜਿਤਾਈ ਇਸ ਗੱਲ ਨਾਲ ਅਤੇ ਚਾਹੁੰਦੇ ਆ ਵੀ ਜਲਦੀ ਚਾਰਜ ਲਾਰੈਂਸ ਦਾ ਬਈ ਕੋਈ ਅਸਰ ਪਊਗਾ ਕਿਉਂਕਿ ਉਹ ਤਾਂ ਪਾਬੰਦੀ ਲਈ ਹੋਈ ਹੈ 1 ਸਾਲ ਦਾ ਲਾਰੈਂਸ 'ਤੇ ਤਾਂ ਹਾਲੇ ਮੇਰਾ ਖਿਆਲ ਹੈ ਕਿਉਂਕਿ ਜਿੰਨਾ ਚਿਰ ਉੱਥੇ ਜਾ ਕੇ 268 ਦੇ ਅੰਡਰ ਕਰਤਾ ਜਾ ਕੇ ਕੋਈ ਬਹੁਤਾ ਅਸਰ ਤਾਂ ਕੋਈ ਲੱਗਦਾ ਨਹੀਂ ਹੈਗਾ ਪਰੰਤੂ ਮੈਂ ਜੇ ਆਪਣੀ ਲੋਕਲ ਅਦਾਲਤ ਦੀ ਗੱਲ ਦੇਖਾਂ ਤਾਂ ਅਦਾਲਤ ਦੀ ਪ੍ਰਕਿਰਿਆ ਸਹੀ ਚੱਲਦੀ ਹੈ ਅੰਕਲ ਇੱਕ ਲਾਰੈਂਸ ਦਾ ਜਿਹੜਾ ਇੰਟਰਵਿਊ ਨੂੰ ਲੈ ਕੇ ਜੱਜਮੈਂਟ ਹੋਈ ਆ ਫੈਸਲਾ ਜਿਹੜਾ ਅਗਲੀ ਸੁਣਵਾਈ ਜਿਹੜੀ ਹੈ 14 ਤਰੀਕ ਦੀ ਰੱਖੀ ਗਈ ਹੈ ਸਮਾਂ ਦਿੱਤਾ ਵੀ ਜਾਂਚ ਹੋ ਰਹੀ ਹੈ ਜਿਹੜੀ ਦੇਖੋ ਤਾਂ ਤੁਸੀਂ ਸਰਕਾਰ ਦਾ ਪਿਛਲੇ 7 ਮਹੀਨਿਆਂ ਤੋਂ ਜਿਹੜਾ ਰਵੱਈਆ ਤੁਸੀਂ ਵੇਖ ਰਹੇ ਹੋ ਅਤੇ ਗੌਰਮੈਂਟ ਵਾਰ ਵਾਰ ਐਗਜੈਕਟਲੀ ਨਾ ਮੈਂ ਜੋ ਜਵਾਬ ਦਾਵਾ ਦਿੱਤਾ ਉਹ ਨਹੀਂ ਹਾਲੇ ਤੱਕ ਪੜ੍ਹਿਆ ਪਰੰਤੂ ਜੋ ਮੈਨੂੰ ਬਾਹਰੋਂ ਸੁਣਨ 'ਚ ਥੋੜ੍ਹਾ ਬਹੁਤਾ ਪਤਾ ਲੱਗਿਆ ਵੀ ਉਹੀ ਗੱਲਾਂ ਨੂੰ ਗੌਰਮੈਂਟ ਰਿਪੀਟ ਕਰ ਰਹੀ ਹੈ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਵੈਸੇ ਜੱਜ ਸਾਹਿਬ ਨੇ ਬਹੁਤ ਇਸ ਗੱਲ ਤੋਂ ਫਟਕਾਰ ਵੀ ਲਗਾਈ ਇਹਨਾਂ ਨੂੰ ਵੀ ਤੁਸੀਂ ਜੇ 7 ਮਹੀਨਿਆਂ ਦੇ ਵਿੱਚ ਨਹੀਂ ਉਸ ਚੀਜ਼ 'ਤੇ ਜਵਾਬ ਦੇ ਸਕੇ ਤਾਂ ਹੁਣ 2 ਮਹੀਨਿਆਂ ਦੇ ਵਿੱਚ ਕੀ ਦੇ ਰਹੇ ਹੋ ਤੁਸੀਂ ਜਿੰਨਾ ਕੁ ਤੁਸੀਂ ਐਫੀਡੈਵਿਟ ਦਿੱਤਾ ਤਾਂ ਜੱਜ ਸਾਹਿਬ ਨੇ ਇਹ ਵੀ ਕਿਹਾ ਇਹਨਾਂ ਨੂੰ ਸਾਨੂੰ ਪਤਾ ਵੀ ਤੁਸੀਂ ਇਹ ਤੋਂ ਅੱਗੇ ਨਹੀਂ ਵਧੋਗੇ ਸਰਕਾਰ ਦੀ ਮਨਸ਼ਾ ਤਾਂ ਅਦਾਲਤ ਮਾਨ ਜੋ ਕੋਰਟ ਨੂੰ ਦਿਖ ਰਹੀ ਹੈ ਸਾਰੀ ਗੱਲ ਵੀ ਇਹਨਾਂ ਇਹ ਕੇਵਲ ਅਤੇ ਕੇਵਲ ਟਾਈਮ ਪਾਸ ਕਰਨ ਦੀਆਂ ਗੱਲਾਂ ਕਰ ਰਹੇ ਨੇ
ਇੱਕ ਤਰ੍ਹਾਂ ਦੇ ਨਾਲ ਗੈਂਗਸਟਰਾਂ ਦੀ ਖੁੱਲ੍ਹੇਆਮ ਮਦਦ ਹੈਗੀ ਕਿਉਂਕਿ ਸਟੇਟ ਨੂੰ ਹੋਣਾ ਤਾਂ ਪੀੜਿਤ ਵਿਅਕਤੀ ਦੇ ਨਾਲ ਚਾਹੀਦਾ ਸੀ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਸਟੇਟ ਹੈ ਉਹ ਗੈਂਗਸਟਰਾਂ ਦੇ ਹੱਕ 'ਚ ਭੁਗਤ ਰਹੀ ਹੈ ਅਸੀਂ।